ਕੰਮ ਨਾ ਕੀਆ ਕਰੇ। ਮੈਂ ਕਹਿੰਦਾ ਯਾਰ ਤੁਹਾਡੇ ਨਾਲੋਂ ਮੈਂ ਤਗੜਾ ਵਾਂ, ਤੁਹਾਡੇ ਨਾਲੋਂ ਬਿਊਟੀਫੁੱਲ ਹਾਂ, ਪ੍ਰੈਟੀ ਹਾਂ। ਬਾਈ ਨੇਚਰ ਆਪ ਹਾਰਡ ਵਰਕਿੰਗ ਹੈ ਨਾ ਜੀ, ਵੋ ਇਸ ਲਈ ਕਿ ਮੈਨੇ ਰੇਡੀਓ, ਟੀਵੀ, ਥੀਏਟਰ, ਫਿਲਮ ਸਭ ਕੁਛ ਯੇ ਸਾਰਾ ਕੀਆ। ਇਸਕੇ ਅਲਾਵਾ ਮੈਂ ਪਹਿਲਾ ਐਕਟਰ ਹੂੰ ਜੋ ਸਾਥ ਬਿਜ਼ਨਸ ਵੀ ਕਰਤਾ ਜੀ। ਬਿਲਕੁਲ, ਆਪਕੀ ਐਡਵਰਟਾਈਜ਼ਿੰਗ ਏਜੰਸੀ ਥੀ? ਐਡਵਰਟਾਈਜ਼ਿੰਗ ਏਜੰਸੀ, ਇੱਕ ਦੁਕਾਨ ਥੀ ਯੇ ਗੈਸ ਅਪਲਾਇੰਸਿਸ ਕੀ, ਫਿਰ ਇੱਕ ਦੁਕਾਨ ਮੈਨੇ ਸਟੇਸ਼ਨਰੀ ਕੀ ਕੀ, ਫਿਰ ਇੱਕ ਮੈਨੇ ਮੋਬਲ ਆਇਲ ਕੀ ਦੁਕਾਨ ਕੀ। ਬੀਂਗ ਇਰਫਾਨ ਖੁਸਰਟ, ਹਾਂ ਹਾਂ, ਮੈਂ ਬਹੁਤ ਅੱਛਾ ਸੇਲਜ਼ਮੈਨ ਵੀ ਹੂੰ। ਵੋ ਮੈਂ ਐਜ਼ ਅ ਕੈਰੈਕਟਰ ਕਰਤਾ ਥਾ ਵੋ, ਔਰ ਬੈਡ ਲੱਕ ਵੀ ਹੈ ਇਸਮੇ ਕਿ ਕਭੀ ਫਾਇਦਾ ਨਹੀਂ ਹੋ। ਕਹਤੇ ਨਾ ਗਰਦਨ ਮੇਂ ਜਿਸ ਤਰ੍ਹਾਂ ਸਰੀਆ ਆ ਜਾਤਾ ਹੈ, ਥੋੜੀ ਸੀ ਵੀ ਫੇਮ ਆ ਜਾਏ, ਮਤਲਬ ਆਪ ਤੋਂ ਲੈਜੈਂਡਰੀ ਪੋਜੀਸ਼ਨ ਕੇ ਉੱਪਰ ਹੈ, ਇਤਨੇ ਸਾਰੇ ਬਿਜ਼ਨੈਸਿਸ ਔਰ ਇਤਨੇ ਸਾਰੇ ਆਪਨੇ। ਦੇਖੋ ਜੀ, ਮੰਗਣਾ ਬੁਰੀ ਬਾਤ ਹੈ, ਮੰਗਣ ਦਾ ਜਦੋਂ ਤੁਸੀਂ ਕਿਹਾ ਮੇਰੇ ਵੱਲ ਕਿਉਂ ਵੇਖਿਆ ਜੀ? ਮੈਂ ਤੈਨੂੰ ਹੀ ਸੁਣਾਇਆ ਕਿ ਛੱਡਦੇ ਉਹਨੇ। ਸਰ ਹਮਨੇ ਖੁਦ ਬੜੇ ਕਾਰੋਬਾਰ ਕੀਏ, ਲੇਕਿਨ ਹਰ ਕਾਰੋਬਾਰ ਮੇਂ ਲਾਸ ਹੋਤਾ ਹੈ। ਨਹੀਂ ਯਾਰ, ਤੈਨੂੰ ਕਿਵੇਂ ਲਾਸ ਹੁੰਦਾ, ਤੇਰੇ ਇਨਵੈਸਟਮੈਂਟ ਕੀ ਹੈ ਸਿਵਾਏ ਘੁੰਗਰੂਆਂ ਦੇ? ਸਰ ਮੈਨੇ ਭੱਲੋਂ ਕੀ ਰੇੜੀ ਲਗਾਈ ਸੀ, ਦਹੀਂ ਭੱਲੇ ਉਹ ਗਾਂ ਖਾ ਗਈ ਹੋਣੀ ਸਾਰੇ। ਮੈਨੇ ਮਿੱਟੀ ਦਾ ਤੇਲ ਰੇੜੀ ਦੇ ਉੱਪਰ ਰੱਖ ਕੇ ਵੇਚਣਾ ਸ਼ੁਰੂ ਕੀਆ। ਇੱਕ ਬੰਦਾ ਮੈਨੂੰ ਆ ਕਹਿੰਦਾ ਅਸਲੀ ਹੈ, ਮੈਂ ਕਿਹਾ ਭਾਵੇਂ ਤੀਲੀ ਲਾ ਕੇ ਵੇਖੋ। ਫਰੂਟ ਮੰਡੀ, ਮੇਵਾ ਮੰਡੀ, ਯਾਰ ਸਵੇਰੇ 5 ਵਜੇ ਮਵੇਸ਼ੀ